ਹਾਂਜੀ ਗਾਇਜ਼, ਦਿਸ ਇਜ਼ ਟਾਸਕ 1 ਫੋਰ ਅਕੈਡਮਿਕ ਐਂਡ GT। ਜੋ ਆਪਣੇ ਕੋਲ GT ਦਾ ਟਾਸਕ 1 ਆ ਉਹ ਇੱਕ ਫੋਰਮਲ ਲੈਟਰ ਹੈ। ਜੋ ਅਕੈਡਮਿਕ ਦਾ ਟਾਸਕ 1 ਆ ਉਹ ਅੱਜ ਆਪਾਂ ਡਾਇਨਾਮਿਕ ਟਾਈਪ ਸਟਾਰਟ ਕਰਨ ਲੱਗੇ ਹਾਂ, ਜਿਹਨੂੰ ਆਪਾਂ ਈਅਰ ਵਾਈਜ਼ ਕੰਪੈਰੀਜ਼ਨ ਕਹਿ ਦਿੰਦੇ ਹਾਂ। ਇਸ ਤੋਂ ਪਹਿਲਾਂ ਵਾਲੀਆਂ ਵੀਡੀਓਜ਼ ਦੇ ਵਿੱਚ ਆਪਾਂ ਸਟੈਟਿਕ ਟਾਈਪ ਦੇ ਸਾਰੇ ਫੋਰਮੈਟ ਕੀਤੇ ਸੀ, ਲਾਈਨ ਗ੍ਰਾਫ ਦੇ ਵਿੱਚ, ਬਾਰ ਗ੍ਰਾਫ, ਟੇਬਲ, ਪਾਈ ਚਾਰਟ। ਸੋ ਅੱਜ ਦੇ ਟਾਸਕ 1 ਦੇ ਵਿੱਚ ਆਪਣੇ ਕੋਲ ਲਾਈਨ ਗ੍ਰਾਫ ਹੈ, ਜਿਸ ਨੂੰ ਤੁਸੀਂ ਡਾਇਨਾਮਿਕ ਟਾਈਪ ਦੇ ਵਿੱਚ ਯਾਨੀ ਕਿ ਈਅਰ ਵਾਈਜ਼ ਕੰਪੈਰੀਜ਼ਨ ਦੇ ਵਿੱਚ ਡਿਸਕਸ ਕਰਨਾ। ਸੋ ਨਾਓ ਯੂ ਹੈਵ ਓਨਲੀ 20 ਮਿੰਟ ਟੂ ਕੰਪਲੀਟ ਦਿਸ ਟਾਸਕ ਐਂਡ ਆਫਟਰ ਦਿਸ ਆਈ ਵਿਲ ਪ੍ਰੋਵਾਈਡ ਯੂ ਸਟੇਟਮੈਂਟ ਆਫ ਟਾਸਕ 2 ਐਂਡ ਐਟ ਦੀ ਐਂਡ ਆਫ ਦੀ ਟੈਸਟ ਯੂ ਵਿਲ ਬੀ ਗਿਵਨ ਸੈਂਪਲ ਆਨਸਰਸ ਆਫ ਦੀਸ ਕੁਐਸਚਨਸ। ਯੂਅਰ ਟਾਈਮ ਸਟਾਰਟ ਨਾਓ। Here is statement of task 2 which is related to food category. Question is, in many countries traditional food are being replaced by international fast foods. This is having a negative effect on both families and societies. To what extent do you agree or disagree? So students, you have only 40 minutes to complete this topic. So your time starts now.